ਓਏ ਯਾਰ ਉੱਠ ਜਾ, ਹੁਣ ਮੈਂ ਰੋਟੀ ਖਾ ਕੇ ਕੰਮ ਤੇ ਜਾਣਾ ਹੈ। ਬਣਾ ਕੇ ਖਾਓ ਫਿਰ, ਮੈਂ ਕਿਹੜਾ ਤਵੇ ਤੇ ਪਈ ਆ। ਓਏ ਨਾ, ਕੱਲ ਤੈਨੂੰ ਫਲਾਂ ਦੇ ਨਾਂ ਯਾਦ ਕਰਾਏ ਸੀ, ਚੱਲ 15 ਫਲਾਂ ਦੇ ਨਾਂ ਸੁਣਾ। ਸੇਬ, ਸੰਤਰਾ, ਅੰਬ। ਇਹ ਤਾਂ 3 ਹੀ ਹੋਏ ਆ, ਤੇ ਜਿਹੜੇ 12 ਬਾਕੀ ਰਹਿ ਗਏ ਉਹ ਇੱਕ ਦਰਜਨ ਕੇਲਿਆਂ ਦੀ। ਜੇ ਤੁਸੀਂ ਹੁਣ ਮੇਰੇ ਨਾਲ ਲੜੇ ਨਾ, ਮੈਂ ਨਹਿਰ ਛਾਲ ਮਾਰ ਕੇ ਮਰ ਜੂ। ਐ ਨਾ ਕਿਹਾ ਕਰ, ਤੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਆ, ਕਹਿ ਤੂੰ ਦਿੰਨੀ ਆ, ਮਰਦੀ ਤੂੰ ਹੈ ਨੀ। ਉਹ ਤੇਰੇ ਦੀ ਬੀਵੀ ਨੂੰ ਕੰਟਰੋਲ ਕਰਨ ਦਾ ਤਰੀਕਾ, ਫਲ ਫਲੂਟ ਖਾਓ, ਹਰੀਆਂ ਸਬਜ਼ੀਆਂ ਖਾਓ, ਰੋਜ਼ ਐਕਸਰਸਾਈਜ਼ ਕਰੋ। ਲੈ ਇਹ ਤਾਂ ਫਿਰ ਅੱਜ ਤੋਂ ਹੀ ਲੈ। ਬੀਵੀ ਨੂੰ ਕੰਟਰੋਲ ਕਰਨ ਵਾਲਾ ਅੱਜ ਤੱਕ ਕੋਈ ਜੰਮਿਆ ਨਹੀਂ। ਚੰਗੀ ਤਰ੍ਹਾਂ ਵੇਖ ਲਓ, ਬੀਵੀ ਨਹੀਂ, ਬੀਪੀ ਲਿਖਿਆ ਹੋਇਆ। ਮੇਰਾ ਪੁੱਤ ਸਕੂਲ 'ਚ ਕਿਸੇ ਨਾਲ ਲੜਦਾ ਤਾਂ ਨਹੀਂ? ਨਹੀਂ। ਤੇ ਕੋਈ ਇਹੋ ਜਿਹੀ ਗੱਲ ਇਹ ਟੀਚਰ ਤੈਨੂੰ ਕਹਿੰਦੇ ਆ ਤੇ ਤੂੰ ਸਾਨੂੰ ਘਰੇ ਆ ਕੇ ਨਾਂ ਦੱਸਦਾ ਹੋਵੇਂ? ਨਹੀਂ। ਤੇਰੇ ਟੀਚਰ ਕੋਈ ਸ਼ਿਕਾਇਤ ਤਾਂ ਨਹੀਂ ਭੇਜਦੇ ਘਰੇ? ਨਹੀਂ। ਵੈਰੀ ਗੁੱਡ। ਤੇ ਫਿਰ ਮੇਰਾ ਪੁੱਤ ਇੰਜੋਏ ਕਿਵੇਂ ਕਰਦਾ ਹੈ? ਝੂਠ ਬੋਲ ਕੇ। ਦੇਖਿਓ ਜੀ, ਮੇਰੀ ਹਾਈਟ ਤੁਹਾਡੇ ਨਾਲ ਕਿੰਨੀ ਛੋਟੀ ਹੈ। ਕੋਈ ਨਹੀਂ, ਫੇਰ ਕੀ ਹੁੰਦਾ, ਤੇਰੀ ਜਵਾਨ ਤਾਂ ਲੰਮੀ ਆ ਮੇਰੇ ਨੂੰ। ਓਕੇ, ਮੈਂ ਮੂੰਹ ਲਟਕਾਇਆ ਬੈਠੀ ਆ, ਕੀ ਦੱਸਾਂ, ਮੇਰੇ ਲਾਇਸੈਂਸ ਤਾਂ ਚਲਾਨ ਹੋ ਗਿਆ। ਕਿਉਂ, ਤੇਰਾ ਲਾਇਸੈਂਸ ਬਣਿਆ ਵਾ ਤਾਂ ਹੈਗਾ, ਹੈ ਨਹੀਂ ਸੀ ਤੇਰੇ ਕੋਲੇ? ਉਹ ਸੀ ਤਾਂ ਸੀਗਾ। ਦਿਖਾਇਆ ਨਹੀਂ? ਉਹ ਤਾਂ ਮੈਂ ਤਾਂ ਨਹੀਂ ਦਿਖਾਇਆ, ਉਹਦੇ ਤੇ ਮੇਰੀ ਫੋਟੋ ਜਮਾ ਹੀ ਨਹੀਂ ਸੋਹਣੀ ਆਈ। ਕੀ ਐਸੀ ਕੌਣ ਸੀ ਚੀਜ਼ ਹੈ ਜੋ ਔਰਤ ਸੰਭਾਲ ਨਹੀਂ ਸਕਦੀ? ਪਾਪਾ, ਪਰ ਲੋਕ ਦੁਨੀਆਂ 'ਚ ਬਹੁਤ ਸੁੰਦਰ ਹੁੰਦੇ ਆ, ਜਿਵੇਂ ਤੂੰ, ਮੈਨੂੰ ਹੀ ਦੇਖ ਲੈ। ਠੀਕ ਆ। ਕਿਹਦਾ ਫੋਨ ਸੀ? ਉਹ ਤੇ ਮੇਰੀ ਸਹੇਲੀ ਦਾ ਫੋਨ ਸੀ। ਕੀ ਕਹਿੰਦੀ ਸੀ? ਉਹ ਤਾਂ ਐਂ ਕਹਿੰਦੀ ਸੀ ਵੀ 300 ਰੁਪਏ ਉਧਾਰ ਆ, ਉਹਨੂੰ ਦੇ ਦੋਗੇ, ਗੂਗਲ ਪੇ ਕਰ ਦਿਓ, ਉਹਨੇ ਰੀਚਾਰਜ ਕਰਵਾਉਣਾ ਸੀਗਾ। ਅੱਛਾ। ਉਹ ਕਹਿੰਦੀ ਸੀਗੀ ਮੈਂ ਕੱਲ ਨੂੰ 12 ਕ ਵਜੇ ਤੱਕ ਮੋੜ ਦੂੰ। ਅੱਛਾ, 12 ਵਜੇ ਨੂੰ ਤਾਂ ਮਤਲਬ ਉਹਦੇ ਕੋਲੇ ਪੈਸੇ ਆ ਜਾਣਗੇ। ਹਾਂ, ਕਹਿੰਦੀ ਤਾਂ ਆਈ ਆ। ਫਿਰ ਤੂੰ ਉਹਨੂੰ ਐਂ ਕਹਿ ਵੀ ਤੂੰ ਇੱਥੇ ਆ ਜਾ, 12 ਵਜੇ ਤੱਕ ਇੱਥੇ ਰਹਿ ਲੂਗਾ, ਆਪਾਂ ਉਹਨੂੰ ਹੌਟ ਸਪੋਟ ਦੇ ਦਾਂਗੇ। ਖੜ ਜਾ, ਸਾਨੂੰ ਮੈਂ ਲਵਾਉਣੀ ਆ ਹੌਟ ਸਪੋਟ, ਕਰ ਦੇਣਗੇ ਹੌਟ ਸਪੋਟ। ਐਸਾ ਕਿ ਆਪ ਬੋਲ ਰਹੇ ਹੈ ਕਿ ਆਪ ਬੀਬੀ ਸੇ ਪਰੇਸ਼ਾਨ ਹੈ, ਤੋ ਆਪਨੇ ਸ਼ਾਦੀ ਕਿਉਂ ਕੀ? ਉਹ ਕੀ ਦੱਸਾਂ ਯਾਰ, ਮੇਰਾ ਦਿਮਾਗ ਹੀ ਟਿਕਾਣੇ ਹੈ ਨਹੀਂ ਸੀ। ਆਪ ਬੋਲ ਰਹੀ ਹੈ ਕਿ ਆਪ ਵੀ ਪਤੀ ਸੇ ਪਰੇਸ਼ਾਨ ਹੈ, ਤੋ ਆਪਨੇ ਸ਼ਾਦੀ ਕਿਉਂ? ਇਹਨਾਂ ਦਾ ਦਿਮਾਗ ਟਿਕਾਣੇ ਲਾਉਣ ਵਾਸਤੇ। ਮੇਰੀ ਗੱਲ ਸੁਣੋ ਜੀ, ਆਪਾਂ ਨਾ ਰੋਜ਼ ਰੋਜ਼ ਲੜਦੇ ਸੋਹਣੇ ਨਹੀਂ ਲੱਗਦੇ ਹੈਗੇ। ਐ ਕਰੋ, ਥੋੜਾ ਜਿਹਾ ਸਮਝੌਤਾ ਮੈਂ ਕਰ ਲੈਣੀ ਆ, ਥੋੜਾ ਜਿਹਾ ਤੁਸੀਂ ਕਰ ਲਓ। ਕੀ ਕਰਨਾ ਪਊਗਾ ਦੱਸ? ਤੁਸੀਂ ਮੈਥੋਂ ਮਾਫੀ ਮੰਗ ਲਓ, ਮੈਂ ਤੈਨੂੰ ਮਾਫ ਕਰ ਦੂੰਗੀ। ਸਾਲੀ ਆਦੀ ਘਰਵਾਲੀ ਹੋਤੀ ਹੈ, ਇਸਕਾ ਕਿਆ ਮਤਲਬ ਹੋਤਾ ਹੈ? ਅਰੇ, ਇਸਕਾ ਕੋਈ ਮਤਲਬ ਨਹੀਂ ਹੋਤਾ, ਯੇ ਹਮ ਜੈਸੇ ਸ਼ਰੀਫ ਲੋਗੋ ਕੋ ਬੇਵਕੂਫ ਬਨਾਨੇ ਕੇ ਤਰੀਕੇ ਹੈ। ਯੇ ਵੋ ਸਕੀਮ ਹੈ ਜੋ ਬਤਾਈ ਤੋ ਜਾਤੀ ਹੈ, ਮਗਰ ਦੀ ਕਭੀ ਨਹੀਂ ਜਾਤੀ। ਘਰ ਵਾਲੀ ਬਣਾ ਬੰਦੇ ਨੂੰ ਲੱਖਪਤੀ ਬਣਾ ਸਕਦੀ ਹੈ? ਬਣਾ ਸਕਦੀ ਹੈ, ਪਰ ਬੰਦਾ ਪਹਿਲਾਂ ਕਰੋੜਪਤੀ ਹੋਣਾ ਚਾਹੀਦਾ।
ਅੱਜ ਮੈਕਡੋਨਲਡ ਚਲੀਏ। ਗੱਲ ਵੜਦੇ ਆ, ਉਹਦੇ ਸਪੈਲਿੰਗ ਸੁਣਾ ਪਹਿਲਾਂ। ਚਲੋ ਫਿਰ KFC ਚਲਦੇ ਆ। ਚੱਲ ਫਿਰ ਉੱਥੇ ਚੱਲ ਵੜਾਂਗੇ। ਐਂ ਕਰ, ਉਹਦੀ ਫੁੱਲ ਫਾਰਮ ਦੱਸ। ਛੋਲੇ ਭਟੂਰੇ ਖਵਾ ਦੇ ਫਿਰ। ਪਾਪਾ ਮੇਰੇ ਸੈਂਡਲ ਕਿੱਧਰ ਗਏ? ਉਹ ਪਾਈ ਫਿਰ ਦੱਸਣਾ ਜਾ। ਇੱਕ ਗੱਲ ਦੱਸੋ ਜੀ, ਤੁਹਾਡੇ ਹਿਸਾਬ ਨਾਲ ਵਾਈਫ ਕਿੱਦਾਂ ਦੀ ਹੋਣੀ ਚਾਹੀਦੀ ਆ? ਕਿੱਦਾਂ ਦੀ ਦਾ ਕੀ ਮਤਲਬ? ਮਤਲਬ ਮੋਟੀ, ਪਤਲੀ, ਲੰਬੀ, ਮਧਰੀ, ਗੋਰੀ, ਕਾਲੀ, ਕਿੱਦਾਂ ਦੀ ਹੋਣੀ ਚਾਹੀਦੀ ਆ? ਗੂੰਗੀ। ਕੀ ਸੋਚੀ ਜਾਂਦੇ ਹੋ? ਮੈਂ ਸੋਚਦਾ ਵੀ ਮੇਰੀ ਜ਼ਿੰਦਗੀ ਕਿੰਨੀ ਬੇਰੰਗ ਸੀ, ਨਾ ਮੇਰਾ ਕੋਈ ਦੋਸਤ ਸੀ, ਨਾ ਕੋਈ ਰਿਸ਼ਤੇਦਾਰ ਸੀ। ਫਿਰ ਮੇਰੀ ਜ਼ਿੰਦਗੀ 'ਚ ਤੂੰ ਆਈ ਅਤੇ ਆਪਣਾ ਵਿਆਹ ਹੋ ਗਿਆ, ਅਤੇ ਹੁਣ ਮੈਂ ਸੋਚਦਾ ਵੀ ਮੈਂ ਇਕੱਲੇ ਹੀ ਠੀਕ। ਤੁਹਾਨੂੰ ਇੱਕ ਗੱਲ ਪਤਾ ਲੱਗੀ? ਕੀ? ਜਿਹੜੇ ਚੋਲੇ ਨੇ ਆਪਣਾ ਰਿਸ਼ਤਾ ਕਰਾਇਆ ਸੀ, ਉਹਦੇ ਘਰ ਵਾਲੀ ਕਿਸੇ ਹੋਰ ਨਾਲ ਭੱਜ ਗਈ। ਚੱਲ ਇਹ ਤਾਂ ਬਹੁਤ ਵਧੀਆ ਹੋਇਆ ਫਿਰ। ਮੈਨੂੰ ਪਤਾ ਸੀ ਜਿਹੜੇ ਬੰਦੇ ਨੇ ਮੇਰਾ ਬੇੜਾ ਗਰਕ ਕੀਤਾ ਉਹਦਾ ਵੀ ਅੱਖਣਾ ਇੱਕ ਦਿਨ ਹੋਣਾ ਹੀ ਹੋਣਾ। ਆ ਕੀ ਅੱਜ ਫੇਰ ਖੀਰ ਖਾ ਕੇ ਤਾਂ ਦੇਖੋ। ਵਧੀਆ, ਪਰਸੋਂ ਵਾਲੀ ਜ਼ਿਆਦਾ ਸਵਾਦ ਸੀ। ਪਰਸੋਂ ਵਾਲੀ ਆ? ਹੈਲੋ। 18 ਸਾਲ ਪੁਰਾਣੀ ਦਾਰੂ ਲੈ ਕੇ ਆਇਆ ਤੇ ਜੀ ਮੈਂ ਔਰ ਸਿਧਾਰਥ ਤੋਂ ਪਹੁੰਚ ਚੁੱਕੇ ਹਾਂ। ਬਸ ਤੇਰੀ ਕਮੀ ਹੈ ਮੇਰੀ ਜਾਨ, ਜਲਦੀ ਸੇ ਆ ਜਾ, ਮਜ਼ੇ ਆ ਜਾਏਗੇ। ਕੀ ਐਮਰਜੈਂਸੀ ਆ? ਚੱਲ ਕੋਈ ਨਹੀਂ ਫਿਰ ਪਹੁੰਚਦਾ ਮੈਂ। ਯਾਰ ਮੈਨੂੰ ਜਾਣਾ ਪੈਣਾ, ਜ਼ਰੂਰੀ ਕੰਮ ਆ ਗਿਆ। ਪਰ ਅੱਜ ਤਾਂ ਉਹਦੀ ਛੁੱਟੀ ਸੀ। ਉਹ ਤੈਨੂੰ ਪਤਾ ਤਾਂ ਹੈਗਾ ਡਾਕਟਰਾਂ ਦੀ ਲੈਬ 'ਚ ਕਿੱਥੇ ਛੁੱਟੀ। ਵਿਚਾਰੀ 18 ਸਾਲ ਦੀ ਆ, 3 ਜਾਣੇ ਪਹੁੰਚ ਗਏ, ਜੇ ਮੈਂ ਨਾ ਪਹੁੰਚਿਆ ਨਾ ਵਿਚਾਰੀ ਮੁੱਕ ਜਾਊਗੀ। ਛੇਤੀ ਕਰੋ, ਜਾਓ ਫਿਰ ਤੁਸੀਂ। ਸਾਰੀ ਮੇਰੀ ਗਲਤੀ ਆ, ਮੈਂ ਤੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀ। ਸਮਝਦਾਰ ਔਰਤ ਨਾ, ਤੁਹਾਡੇ ਨਾਲ ਵਿਆਹ ਹੀ ਨਹੀਂ ਸੀ ਕਰਵਾਉਣੇ। ਹਾਂ ਇਹ ਗੱਲ ਤਾਂ ਤੂੰ ਸਹੀ ਕਹਿਣੀ ਆ। ਓਯਾ ਕੀ ਤੈਨੂੰ ਘੰਟਾ ਹੋ ਗਿਆ ਫੋਨ ਨਾਲ ਪੰਗੇ ਲਈ ਜਾਂਦੀ ਆ? ਮੈਂ ਫੇਸ ਲੌਕ ਲਾਇਆ ਸੀ, ਹੁਣ ਇਹ ਖੁੱਲਦਾ ਹੀ ਨਹੀਂ ਰਿਹਾ। ਜੋ ਤੂੰ ਫੇਸ ਲੌਕ ਲਾਇਆ ਸੀ ਉਦੋਂ ਮੇਕਅਪ ਕੀਤਾ ਸੀ? ਹਾਂ ਕੀਤਾ ਸੀ। ਤੇ ਹੁਣ ਇਹ ਤੈਨੂੰ ਪਛਾਣਦਾ ਨਹੀਂ, ਜਾ ਕੇ ਕੰਮ ਕਰਕੇ ਆ। ਸੁਣਿਓ ਜੀ, ਮੈਨੂੰ ਹੁਣੇ ਹੁਣੇ ਇੱਕ ਸੁਪਨਾ ਆਇਆ ਕਿ ਤੁਸੀਂ ਮੈਨੂੰ ਬਾਹਲਾ ਸੋਹਣਾ ਰਾਣੀ ਹਾਰ ਲਿਆ ਕੇ ਦਿੱਤਾ। ਚੱਲ ਫਿਰ ਐਂ ਕਰ, ਜਾ ਕੇ ਫੇਰ ਪੈ ਜਾ, ਹੁਣ ਰਾਣੀ ਹਾਰ ਪਾ ਕੇ ਆਈ ਇੱਥੇ। ਆਪਣੇ ਵਿਆਹ ਵਾਲੇ ਦਿਨ ਮੇਰੇ ਸਾਰੇ ਰਿਸ਼ਤੇਦਾਰ ਤੁਹਾਡੇ ਅੱਗੇ ਪਿੱਛੇ ਫਿਰਦੇ ਸੀ। ਕਿਉਂ? ਮੇਰੇ ਸਾਲੇ ਦੇ ਮੈਂ ਕੀ ਲੱਡੂ ਬਣਦਾ ਸੀ? ਉਹਦਾ ਮੇਰਾ ਕਹਿੰਦਾ ਇਹ ਮਤਲਬ ਸੀ ਵੀ ਉਹ ਐਂ ਪੁੱਛਦੇ ਸੀ ਪ੍ਰਾਹੁਣਾ ਸਾਹਿਬ ਕਿਸੇ ਚੀਜ਼ ਦੀ ਕਮੀ ਤਾਂ ਨਹੀਂ। ਆਹੋ, ਤੇ ਜਿਹੜੀ ਚੀਜ਼ 'ਚ ਕਮੀ ਸੀ ਉਹ ਮੇਰੇ ਸਾਲਿਆਂ ਨੇ ਦੱਸੇ ਨਹੀਂ, ਉਹ ਘੁੰਡ ਕਢਾ ਕੇ ਨਾਲ ਵਾਤੀ। ਮੰਨ ਜਾ ਤਾਂ।
ਮੈਨੂੰ ਐਂ ਦੱਸ ਕਰਵਾ ਚੌਥ ਤੋਂ ਬਿਨਾ ਇਹੋ ਜਿਹਾ ਹੋਰ ਕਿਹੜਾ ਵਰਤ ਹੈ ਜਿਹੜਾ ਰੱਖਣ ਨਾਲ ਪਤੀ ਦੀ ਉਮਰ ਹੋਰ ਵੀ ਲੰਮੀ ਹੋ ਜਾਂਦੀ ਹੈ? ਮੌਣ ਵਰਤ ਇਹਦਾ ਕੀ ਮਤਲਬ? ਇਹਦਾ ਮਤਲਬ ਆ ਵੀ ਪਤੀ ਜਿੰਨਾ ਚੁੱਪ ਰਹੂਗਾ ਓਨੀ ਉਹਦੀ ਉਮਰ ਲੰਮੀ ਹੋਊਗੀ। ਜੀ ਇੱਕ ਗੱਲ ਦੱਸੋ, ਇਹੋ ਜਿਹਾ ਕਿਹੜਾ ਮਹਿਕਮਾ ਜਿੱਥੇ ਔਰਤ ਜੋਬ ਨੀ ਕਰ ਸਕਦੀ? ਫਾਇਰ ਬ੍ਰਿਗੇਡ। ਔਰਤ ਦਾ ਕੰਮ ਹੁੰਦਾ ਅੱਗ ਲਾਉਣਾ, ਨਾ ਕਿ ਬੁਝਾਉਣਾ। ਚਾਰ ਕੰਮ ਨਾ ਦੁਨੀਆ ਦੇ ਬਾਹਲੇ ਮੁਸ਼ਕਲ ਹੈ। ਉਹ ਕਿਹੜੇ? ਪਹਿਲਾ ਕੀੜੀ ਦੇ ਲਿਪਸਟਿਕ ਲਾਉਣਾ, ਤੇ ਦੂਜਾ ਹਾਥੀ ਨੂੰ ਗੋਦੀ ਜਪਾਉਣਾ, ਤੇ ਤੀਜਾ ਮੱਛਰ ਦੇ ਕੱਪੜੇ ਪਾਉਣਾ, ਤੇ ਚੌਥਾ ਔਰਤ ਨੂੰ ਸਮਝਾਉਣਾ। ਹੈਲੋ ਗੂਗਲ, ਜੇ ਆਪਣੇ ਸਾਹਮਣੇ ਅਚਾਨਕ ਰੱਬ ਆ ਜੇ ਤਾਂ ਕੀ ਕਰੀਏ? ਅਗਰ ਅਚਾਨਕ ਸੇ ਭਗਵਾਨ ਸਾਹਮਣੇ ਆ ਜਾਏ ਤੋ ਤੁਰੰਤ ਐਸੇ ਖੁਸ਼ ਨਹੀਂ ਹੋਣੇ ਕਾ, ਪਹਿਲੇ ਕਨਫਰਮ ਕਰਨੇ ਕਾ ਕਿ ਵੋ ਹਮਾਰੇ ਪਾਸ ਆਏ ਹੈ ਯਾ ਹਮ ਉਨਕੇ ਪਾਸ ਗਏ ਹੈ। ਮਰ ਜੇ ਪਚੋਲਾ ਜਿਹਨੇ ਇਹੋ ਜਿਹੇ ਦੀ ਦੱਸ ਪਾਈ ਆ। ਕਹਿੰਦਾ ਸੀ ਕਿ ਮੁੰਡੇ ਦੇ ਤਾਂ 20-25 ਟਰੱਕ ਚੱਲਦੇ ਹੈਗੇ। ਤੇ ਟਰੱਕ ਹੈਗਾ ਤਾਂ ਹੈ ਆਪਣੇ ਕੋਲੇ। ਹਾਂ ਗੱਲ ਤਾਂ 20-25 ਦੀ ਹੋਈ ਸੀ। ਆਹੋ ਤੇ ਫਿਰ ਆਪਣੇ ਟਰੱਕ ਦਾ ਨੰਬਰ 20-25 ਆ। ਤੈਨੂੰ ਪਤਾ ਆਪਣਾ ਵਿਆਹ ਨਾ ਲੋਕ ਖੜ ਖੜ ਦੇਖਦੇ ਸੀ। ਕਿਉਂ ਇਹੋ ਜਿਹਾ ਕੀ ਸੀ? ਮੈਂ ਤਾਂ ਦੇਖਿਆ ਨੀ। ਆਪਾਂ ਕੁਰਸੀਆਂ ਨੀ ਮੰਗਾਈਆਂ ਸੀ। ਹੈਲੋ ਤੇਰੇ ਨਾਲ ਵਿਆਹ ਕਰਵਾਉਣ ਨਾਲ ਨਾ ਮੈਂ ਕੁਵਾਰਾ ਰਹਿ ਲੈਂਦਾ। ਮੈਂ ਵੀ ਆਪਦੀ ਮੰਮੀ ਦੀ ਗੱਲ ਮੰਨ ਲੈਂਦੀ ਨਾ ਸੁਖੀ ਰਹਿੰਦੀ। ਕੀ ਕਹਿੰਦੀ ਸੀ ਤੇਰੀ ਮਾਂ? ਉਹ ਐਂ ਕਹਿੰਦੀ ਸੀ ਆਹ ਮੁੰਡੇ ਨਾਲ ਵਿਆਹ ਨਾ ਕਰਾ। ਓਹੋ ਮੈਂ ਵਿਚਾਰੀ ਨੂੰ ਐਵੇਂ ਮਾੜੀ ਕਹੀ ਗਿਆ ਜਿਹੜੀ ਮੇਰੀ ਭਲਾ ਚਾਹੁੰਦੀ। ਤੂੰ ਮੇਰੇ ਬਾਰੇ ਇਹੋ ਜਿਹਾ ਕੀ ਸੁਣਿਆ ਜਿਹੜਾ ਵਿਆਹ ਕਰਾਉਣ ਨੇ ਝੱਟ ਹਾਂ ਕਰਤੀ? ਉਹ ਤਾਂ ਪਜੋਲਣ ਮੈਨੂੰ ਦੱਸਦੀ ਸੀਗੀ ਕਿ ਮੁੰਡਾ ਘਰ ਦੇ ਸਾਰੇ ਕੰਮ ਕਰ ਲੈਂਦਾ। ਯਾਰ ਉਹ ਤੇਰਾ ਭਰਾ ਆਇਆ ਸੀ 5000 ਧਾਰਾਂ ਮੰਗਣ, ਮੈਂ ਦੇਤਾ। ਉਹ ਕਿੱਧਰੋਂ ਤੁਰਿਆ ਆਉਣਾ? ਤੂੰ ਕਿੱਧਰੋਂ ਦੀ ਛੱਡ ਆਏ ਦੱਸ, ਬਰਫੀ ਖਾਣੀ ਆ? ਲਿਆ ਖਾ ਲੈਨੇ ਆ। ਬਰਫੀ ਦਾ ਬਲਾ ਸਵਾਦ ਆ, ਕਿੱਥੋਂ ਲੈ ਕੇ ਆਇਆ ਓਏ? ਉਹ ਉੱਥੇ ਟੋਨਾ ਲੈ ਕੀਤਾ ਪਿਆ ਸੀ ਉੱਥੋਂ ਲਿਆ। ਰੱਬ ਦਾ ਦਿੱਤਾ ਸਭ ਕੁਛ ਹੈ, ਬਸ ਘਰੇ ਇੱਜ਼ਤ ਹੀ ਨਹੀਂ ਹੈ। ਤੂੰ ਦੰਦ ਕੱਢਦਾ ਤੇਰੀ ਬਹੁਤ ਹੈ। ਜੀ ਆਪਾਂ ਦੁਸਹਿਰਾ ਦੇਖਣ ਚੱਲੀਏ। ਉਹ ਦੁਸਹਿਰਾ ਦੇਖਣ ਨੂੰ ਮੈਂ ਕਿਹੜਾ ਜਵਾਕ ਹੈ? ਚੱਲ ਵੜਿਓ, ਤੁਸੀਂ ਵੀ ਵੇਖ ਲਿਓ ਦੂਜੇ ਦੇ ਘਰ ਵਾਲੀ ਤੇ ਅੱਖ ਰੱਖਣ ਵਾਲੇ ਦਾ ਕੀ ਹਸ਼ਰ ਹੁੰਦਾ। ਪਾਪਾ ਆਪਾਂ ਬਹਾਨਾ ਲਾਉਂਦੇ ਘੁੰਮਣ ਚੱਲ ਗਏ। ਓ ਯਾਰ ਜੀ ਤਾਂ ਮੇਰਾ ਹੀ ਬੜਾ ਕਰਦਾ ਹੈ, ਪਰ ਆਪਣੇ ਕੋਲ ਤਾਂ ਪੈਸੇ ਹੈ ਨੀ। ਤੂੰ ਪੈਸਿਆਂ ਦੀ ਫਿਕਰ ਨਾ ਕਰ। ਵਾਹ ਓਏ ਪੁੱਤ, ਤੇ ਪਰ 5-7000 ਰੁਪਇਆ ਲੱਗ ਜਾਣਾ, ਤੇ ਇੰਨੇ ਪੈਸੇ ਤੇਰੇ ਕੋਲੇ ਆਉਣਗੇ ਕਿੱਥੋਂ? ਜੇ ਤੁਸੀਂ ਇੰਨੇ ਭੋਲੇ ਕਾਹਤੋਂ ਆ, ਤੁਹਾਨੂੰ ਕੋਈ ਵੀ ਆਸਾਨੀ ਨਾਲ ਬੇਵਕੂਫ ਬਣਾ ਸਕਦਾ। ਪਰ ਪਹਿਲ ਤਾਂ ਤੇਰੇ ਘਰ ਵਾਲੇ ਨੇ ਕੀਤੀ ਸੀ। ਜਿਵੇਂ ਇਸ ਵਾਰ ਤੁਹਾਡੇ ਬਰਥਡੇ ਤੇ ਤੁਹਾਨੂੰ ਕੀ ਗਿਫਟ ਦੇਵਾਂ?
ਗਿਫਟ ਰਹਿਣ ਦੇ, ਤੂੰ ਮੇਰੇ ਨਾਲ ਪਿਆਰ ਨਾਲ ਗੱਲ ਕਰ ਲਿਆ ਕਰ ਤੇ ਮੇਰੀ ਇੱਜ਼ਤ ਕਰ ਲਿਆ ਕਰ, ਇੰਨਾ ਹੀ ਬਹੁਤ ਆ। ਨਾ ਮੈਂ ਤਾਂ ਗਿਫਟ ਹੀ ਦਊਂ। ਮੈਂ ਰੋਜ਼ ਸਵੇਰ ਉੱਠ ਕੇ ਨਾ ਰੱਬ ਮੂਹਰੇ ਆਹੀ ਪ੍ਰਾਰਥਨਾ ਕਰਦਾ ਕਿ ਰੱਬ ਤੇਰੇ ਵਰਗੇ ਘਰ ਵਾਲੀ ਹਰੇਕ ਨੂੰ ਦੇ ਦੇ। ਅੱਛਾ ਤੁਸੀਂ ਇਹਨਾਂ ਪਿਆਰ ਕਰਦੇ ਹੋ ਮੈਨੂੰ? ਹੋਰ ਕੀ, ਸਾਰਾ ਲੋਕਾਂ ਨੂੰ ਵੀ ਪਤਾ ਲੱਗੇ ਵਿਆਹ ਕੀ ਚੀਜ਼ ਹੈ। ਦਾਲ ਤੇ ਪੂਰਾ ਨੂਨ ਨਹੀਂ ਪਾਉਂਦੀ ਰੋਟੀ ਦੇ ਮੈਂ ਤਾੜ ਪੜੇ, ਜੇ ਕੁਝ ਅੱਗੋਂ ਅੱਖਾਂ ਤੈਨੂੰ ਭੁੱਖਾ ਲੈਣੇ ਚਾੜ ਪੜੇ। ਮੇਰਾ ਤੇਰੇ ਤੇ ਨਾ ਕੋਈ ਪੇਤ ਚੱਲਦਾ, ਤਾਂਹੀਓ ਆਪਣੇ ਘਰ ਚ ਕਲੇਸ਼ ਚੱਲਦਾ, ਕਲੇਸ਼ ਚੱਲਦਾ। ਯਾਰ ਚੰਨ ਤਾਂ ਰਾਤ ਨੂੰ ਨਿਕਲਦਾ ਹੁੰਦਾ, ਅੱਜ ਦਿਨੇ ਕਿੱਥੋਂ ਨਿਕਲ ਗਿਆ? ਉੱਲੂ ਵੀ ਰਾਤ ਨੂੰ ਨਿਕਲਦਾ ਹੁੰਦਾ, ਅੱਜ ਦਿਨੇ ਕਿਵੇਂ ਨਿਕਲ ਗਿਆ? I don't know ਦਾ ਮਤਲਬ ਕੀ ਹੁੰਦਾ? ਮੈਨੂੰ ਨਹੀਂ ਪਤਾ, ਦੱਸ ਦੋ। ਹੁਣ ਤਾਂ ਕਹਿ ਦਿੰਦੇ ਆ ਇੰਨੇ ਪੜ੍ਹੇ ਲਿਖੇ ਆਂਗੇ। ਮੈਨੂੰ ਨਹੀਂ ਪਤਾ, ਤੁਹਾਨੂੰ ਵੀ ਕੁਛ ਆਉਂਦਾ ਜਾਂਦਾ ਕੱਖ ਨਹੀਂ ਗਾ, ਉਹੀ ਕਹਿ ਦਿੰਦੇ ਵੀ ਇੰਨੇ ਪੜ੍ਹੇ ਆਂਗੇ। ਦੱਸੀ ਤਾਂ ਜਾਂਦਾ, ਮੈਨੂੰ ਨਹੀਂ ਪਤਾ। ਡੰਗਰ ਹੀ ਆ ਤੁਸੀਂ ਵੀ ਮੈਨੂੰ ਲੱਗਦਾ, ਪੜ੍ਹਾਈ ਪੜੂਈ ਚ ਉਹੀ ਕਹਿ ਦਿੰਦੇ ਆ ਅਸੀਂ ਪੜ੍ਹੇ ਲਿਖੇ ਆਂਗੇ। ਉਹ ਮੈਨੂੰ ਨਹੀਂ ਪਤਾ। ਮਨਜੋਤ ਤੁਸੀਂ ਕਿੰਨੇ ਸੋਹਣੇ ਹੋ। ਧੰਨਵਾਦ ਤੁਹਾਡਾ, ਕਾਸ਼ ਤੁਸੀਂ ਵੀ ਇੰਨੇ ਸੋਹਣੇ ਹੁੰਦੇ, ਮੈਂ ਵੀ ਤੁਹਾਨੂੰ ਕਹਿ ਸਕਦੀ। ਫੇਰ ਕੀ ਹੋਇਆ, ਤੁਸੀਂ ਮੇਰੇ ਵਾਂਗੂ ਗੱਪ ਮਾਰਦੇ? ਇੱਕ ਗੱਲ ਦੱਸੋ, ਹਾਂ ਤੁਸੀਂ ਮੈਨੂੰ ਕਦੇ ਛੱਡੋਗੇ ਤਾਂ ਨਹੀਂ? ਲੈ ਕਮਲੀ ਹੋ ਗਈ, ਮੈਂ ਤਾਂ ਹਜੇ ਤੀਕ ਉਹ ਨਹੀਂ ਛੱਡਾਂਗਾ ਜਿਨ੍ਹਾਂ ਦੇ ਵਿਆਹ ਹੋ ਗਏ, ਉਹ ਤਾਂ ਮੇਰੀ ਫੇਰ ਆਪਣੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਮਰਦਮ ਸਵਾਰੀ ਕਰਨ ਆਏ ਹਾਂ ਜੀ। ਹਾਂਜੀ ਹਾਂਜੀ, ਬਹਿ ਜਾਓ ਮੈਡਮ, ਦੱਸੋ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਜੀ? ਉਹ ਖੇਤੀਬਾੜੀ ਕਰਦੇ ਜੀ, ਉਹਨਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ। ਅੱਛਾ, ਇਹਨਾਂ ਦੇ ਲੋਕ ਜਮਾ ਨਹੀਂ ਸੁਣ ਸਕਦੇ? ਹਾਂਜੀ ਹਾਂਜੀ, ਸੁਣਦਾ ਨਹੀਂ। ਅੱਛਾ, ਤੁਸੀਂ ਕਿੰਨੇ ਭੈਣ ਭਰਾ ਹੋ ਜੀ? ਅਸੀਂ ਜੀ 10 ਭੈਣ ਭਰਾ ਹਾਂ। 10? ਇੰਨਾ ਮਹਿੰਗਾਈ ਦਾ ਜਮਾਨਾ ਗਾ, ਕਿਉਂ ਉਹਨਾਂ ਨੂੰ ਸਮਝਾਇਆ ਨਹੀਂ ਕਿਸੇ ਨੇ? ਸਮਝਾਇਆ ਸੀ, ਤੁਹਾਨੂੰ ਦੱਸਿਆ ਤਾਂ ਹੈਗਾ, ਉਹਨਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ, ਉਹ ਬੋਲੇ ਸੀ। ਸੁਣਿਓ ਜੀ, ਮੇਰੇ ਭਰਾ ਦਾ ਫੋਨ ਆਇਆ ਸੀ, ਐਤਕੀ ਸਰਪੰਚੀ ਚ ਖੜਾ ਹੋ ਰਿਹਾ। ਓਏ ਸਰਪੰਚੀ ਨਾਲ ਤਾਂ ਉਹਨੂੰ ਬੁਲਟ ਲੈ ਦੋ, ਗਲੀਆਂ ਚ ਪੜਾਕੇ ਪੜੂਕੇ ਮਾਰ ਲਿਆ ਕਰੂ। ਇਹ ਕੀ ਗੱਲ ਹੋਈ, ਕਿੱਥੇ ਬੰਦੇ ਨੇ ਸਰਪੰਚ ਬਣਨਾ, ਕਿੱਥੇ ਬੁਲਟ ਦੇ ਪੜਾਕੇ ਪਾਉਣਾ? ਓਏ ਲੋਕਾਂ ਤੋਂ ਗਾਲਾਂ ਹੀ ਲੈਣੀਆਂ, ਭਲਾ ਨਹੀਂ ਬੁਲਟ ਦੇ ਪੜਾਕੇ ਮਰਾ ਕੇ ਲੈ ਲਏ ਤੇ ਭਲਾ ਨਹੀਂ ਸਰਪੰਚੀ ਜਿੱਤ ਕੇ ਲੈ ਲਏ। ਜਿਹੜੀ ਔਰਤ ਪਹਿਲੀ ਵਾਰੀ ਕਹਿਣ ਤੇ ਮੰਨੇ ਉਹ ਮਾਂ ਹੁੰਦੀ ਹੈ, ਜਿਹੜੀ ਦੂਜੀ ਵਾਰੀ ਕਹਿਣ ਤੇ ਮੰਨੇ ਉਹ ਭੈਣ ਹੁੰਦੀ ਹੈ, ਤੇ ਜਿਹੜੀ ਤੀਜੀ ਵਾਰੀ ਕਹਿਣ ਤੇ ਮੰਨੇ ਉਹ ਧੀ ਹੁੰਦੀ। ਜਿਹੜੀ ਔਰਤ ਵਾਰ ਵਾਰ ਕਹਿਣ ਤੇ ਵੀ ਨਾ ਮੰਨੇ ਉਹ ਬੋਲੀ ਹੁੰਦੀ ਹੈ। ਤੁਸੀਂ ਸੋਚ ਰਹੇ ਸੀ ਉਹੀ ਬਿਲਕੁਲ ਠੀਕ ਹੈ। ਸੁਣਿਓ ਜੀ, ਉਹ ਦੇਖੋ ਕੂਤਰ ਕੂਤਰੀ ਕਿੰਨੇ ਪਿਆਰ ਨਾਲ ਬੈਠੇ ਹੈਗੇ। ਆਹੋ, ਇੱਕ ਤੁਸੀਂ ਆ ਮੱਚੇ ਸੜੇ ਰਹਿੰਦੇ ਹੋ ਸਾਰਾ ਦਿਨ, ਕੁਛ ਸਿੱਖ ਲਓ ਉਹਨਾਂ ਤੋਂ। ਅੱਛਾ, ਤੂੰ ਕਿੰਨੇ ਟਾਈਮ ਤੋਂ ਦੇਖ ਰਹੀ ਉਹਨਾਂ ਨੂੰ? ਪਿਛਲੇ ਪੂਰੇ 1 ਘੰਟੇ ਤੋਂ।
ਤੇ ਮੈਨੂੰ ਪੂਰੇ 7 ਦਿਨ ਹੋ ਗਏ ਉਹ ਕਬੂਤਰ ਨੂੰ ਦੇਖਦੇ ਨੇ। ਸਾਲਾ ਰੋਜ਼ ਨਵੀਂ ਕਬੂਤਰੀ ਲੈ ਕੇ ਇੱਥੇ ਆ ਕੇ ਬੈਠ ਜਾਂਦਾ। ਕਿਉਂ ਦੱਸ, ਸਿੱਖਣਾ ਇਹਦੇ ਕੋਲ? ਜੀ ਇੱਕ ਗੱਲ ਦੱਸਿਓ, ਕੰਜੂਸ ਬੰਦੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ? ਉਹ ਤੈਨੂੰ ਪਤਾ ਤਾਂ ਹੈਗਾ ਮੇਰੀ ਇੰਗਲਿਸ਼ ਕਿੰਨੀ ਹਾਈ ਆ, ਇਹ ਗੱਲ ਮੈਨੂੰ ਨਾ ਪੁੱਛ, ਤੂੰ ਗੂਗਲ ਨੂੰ ਪੁੱਛ ਲਾ। ਠੀਕ ਆ, ਹੈਲੋ ਗੂਗਲ, ਕੰਜੂਸ ਬੰਦੇ ਨੂੰ ਇੰਗਲਿਸ਼ ਚ ਕੀ ਕਹਿੰਦੇ ਆ? ਐਵੇਂ ਲੋਕ ਡਰਾਉਂਦੇ ਹੁੰਦੇ ਨੇ ਕਿ ਵਿਆਹ ਤੋਂ ਬਾਅਦ ਚੱਲਣੇ ਨਾ ਖਰਚੇ ਨੇ, ਘਰ ਵਾਲੀਆਂ ਤੇ ਹੁੰਦੀਆਂ ਭੋਲੀਆਂ, ਇਹ ਤਾਂ ਐਵੇਂ ਚਰਚੇ ਨੇ, ਦਬਾਉਣਾ ਕਰਨਾ ਕਿਹਨੇ ਹੁੰਦਾ, ਇਹਨਾਂ ਨੂੰ ਇੱਕ ਵਾਰੀ ਵੜਿਆ ਲਓ, ਦੇ ਕੇ ਦੋ ਸੂਟਾਂ ਦਾ ਲਾਲਚ, ਜਿੱਧਰ ਮਰਜ਼ੀ ਲਾ ਲਓ। ਜਿਹਨੇ ਪੁੱਛਿਆ ਬਾਬੇ ਤੈਨੂੰ ਇਹਨਾਂ ਨਾਲ ਇੰਨਾ ਪਿਆਰ ਕਿਉਂ ਆ, ਜਿੱਥੇ ਦੇਖ ਲਓ ਉੱਥੇ ਜੱਫੀਆਂ ਪਾਉਣ ਲੱਗ ਜਾਂਦਾ। ਮੈਂ ਕਿਹਾ ਵੀਰੇ ਜੋ ਪਿਆਰ ਇਹਨਾਂ ਬੇਜ਼ਬਾਨਾਂ ਦੀਆਂ ਅੱਖਾਂ 'ਚ ਦਿਖ ਜਾਂਦਾ ਨਾ, ਉਹ ਸਲਾ ਅੱਜ ਕੱਲ੍ਹ ਲੋਕਾਂ ਦੇ ਦਿਲਾਂ 'ਚ ਵੀ ਹੈ ਨਹੀਂ, ਤੇ ਜਵਾਨ 'ਤੇ ਤਾਂ ਹੋਣਾ ਹੀ ਕਿੱਥੋਂ ਆ ਜਾਨ ਮੇਰੀਏ। ਵੈਸੇ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਵੀ ਆਪਾਂ ਕਿੱਥੇ ਜਾ ਰਹੇ ਹਾਂਗੇ। ਕੋਈ ਲੌਂਗ ਡਰਾਈਵ 'ਤੇ ਜਾਂਦੇ ਹਾਂ। ਲੌਂਗ ਡਰਾਈਵ 'ਤੇ? ਪਹਿਲਾਂ ਤਾਂ ਤੁਸੀਂ ਮੈਨੂੰ ਦੱਸਿਆ ਨਹੀਂ ਗਾ। ਓਏ ਦੱਸਦਾ ਕੀ, ਮੈਨੂੰ ਤਾਂ ਆਪ ਹੁਣੇ ਹੀ ਪਤਾ ਲੱਗਿਆ ਜੀ। ਉਹ ਕਿਵੇਂ? ਓਏ ਗੱਡੀ ਦੇ ਬ੍ਰੇਕ ਫੇਲ ਹੋ ਗਏ। ਚਲੋ ਜੀ ਚਲੋ ਹੁਣ। ਉਹ ਤਾਂ ਠੀਕ ਹੈ, ਬੈਲਟ ਤਾਂ ਲਾ ਲਾ। ਸਲਵਾਰ ਕਮੀਜ਼ ਨਾਲ ਥੋੜੀ ਬੈਲਟ ਲਾਉਂਦੇ ਹੁੰਦੇ ਹੈਗੇ। ਓਏ ਉਹ ਵਾਲੀ ਬੈਲਟ ਦੀ ਗੱਲ ਨਹੀਂ ਕਰਦਾ, ਸੀਟ ਬੈਲਟ। ਤੁਹਾਨੂੰ ਪਤਾ ਅੱਜ ਕੱਲ ਔਰਤਾਂ ਵੀ ਬੰਦਿਆਂ ਦੇ ਬਰਾਬਰ ਆ ਗਈਆਂ। ਔਰਤਾਂ ਬੰਦਿਆਂ ਦੇ ਬਰਾਬਰ ਹੈ ਜਾਂ ਔਰਤਾਂ ਬੰਦਿਆਂ ਦੇ ਬਰਾਬਰ ਆ, ਤਿੰਨ ਕੰਮ ਕਰਕੇ ਦਿਖਾਉਣ। ਉਹ ਕਿਹੜੇ? ਨੰਬਰ 1, 10 ਵਿਆਹ ਇੱਕ ਸੂਟ ਨਾਲ ਦੇਖ ਸਕਦੀਆਂ। ਨੰਬਰ 2, ਬਿਨਾਂ ਕਿਸੇ ਦੀ ਚੁਗਲੀ ਕੀਤੇ 2 ਘੰਟੇ ਆਪਦੀ ਫਰੈਂਡ ਕੋਲ ਬੈਠ ਸਕਦੀਆਂ। ਤੇ ਨੰਬਰ 3, ਜੇ ਪਤਾ ਹੋਵੇ ਸਾਹਮਣੇ ਵਾਲੀ ਗਲਤੀ ਹੈ, ਬਿਨਾਂ ਗੱਲ ਤੋਂ ਆਪ ਮਾਫੀ ਮੰਗ ਸਕਦੀਆਂ। ਦੱਸ ਹੁਣ ਕੀ ਹੋਇਆ? ਸਾਈਕਲ ਤੋਂ ਆ ਕੇ ਗੱਡੀਆਂ 'ਤੇ ਕਿਉਂਦੀ ਸੱਤ ਤੋਂ ਕੋਠੀਆਂ ਵੱਡੀਆਂ। ਅੱਜ ਸਾਡੇ ਵੱਲ ਕਰਕੇ ਹਰ ਕੋਈ ਟੌਰ ਵੇਖਦਾ, ਜੇ ਬਾਪੂ ਜਾਂਦਾ ਹੁੰਦਾ ਦੀ ਟੌਰ ਵੇਖ। ਜੇਕਰ ਆਲੀ ਘਰੇ ਨਾ ਹੋਵੇ ਤਾਂ ਸਾਰਾ ਘਰ ਖਾਣ ਨੂੰ ਆਉਂਦਾ, ਤੇ ਜੇਕਰ ਆਲੀ ਘਰ ਹੋਵੇ ਤਾਂ ਇਹ ਖਾਣ ਨੂੰ ਆਉਂਦੀ ਆ। ਸੁਣਿਓ, ਮੈਂ ਗਵਾਂਢ 'ਚ ਜਾ ਕੇ ਆਉਣੀ ਹੈਗੀ, ਮਸ਼ੀਨ 'ਤੇ ਲੀੜੇ ਪਏ ਆ, ਧੋ ਦਿਓ, ਨਹੀਂ ਤਾਂ ਮੈਂ ਧੋ ਦੂੰ। ਲੀੜੇ ਧੋਣ ਦੀ ਗੱਲ ਕਹਿ ਕੇ ਗਈ ਹੈ ਕਿ ਮੈਨੂੰ ਧੋਣ ਦੀ? ਹਾਂਜੀ ਹਾਂਜੀ, ਕੋਈ ਗੱਲ ਨੀ ਜੀ, ਕੋਈ ਗੱਲ ਨੀ, ਠੀਕ ਆ ਜੀ, ਓਕੇ। ਉਹ ਗੱਲ ਸੁਣ, ਤੇਰੀ ਭੈਣ ਮੈਨੂੰ ਕਹਿੰਦੀ ਸੀ ਕੱਲ ਨੂੰ ਮੈਨੂੰ ਕਿਲਾ ਹੀ ਘੁਮਾ ਲੈ ਲਿਆਓ। ਨਹੀਂ ਜਾਣਾ। ਓਏ ਉਹ ਮੇਰੇ ਤੇ ਵਿਸ਼ਵਾਸ ਕਰਦੀ, ਉਹ ਤਾਂ ਕਹਿ ਰਹੀ ਆ, ਉਹ ਹੋਰ ਕਿਸੇ ਨਾਲ ਜਾ ਨੀ ਸਕਦੀ। ਮੈਨੂੰ ਵੀ ਤੁਹਾਡੇ ਲਸਣਾਂ ਤੇ ਪੂਰਾ ਵਿਸ਼ਵਾਸ ਹੈ, ਇਸੇ ਲਈ ਕਹਿ ਰਹੀ ਆ ਨਹੀਂ ਜਾਣਾ, ਮਤਲਬ ਨਹੀਂ ਜਾਣਾ। ਬੜੀ ਖਬਰ ਆ ਰਹੀ ਹੈ ਦਿੱਲੀ ਸੇ, ਸੈਂਟਰ ਗੌਰਮੈਂਟ ਨੇ ਅਲਰਟ ਜਾਰੀ ਕੀਆ ਹੈ ਕਿ ਠੰਡ ਬਹੁਤ ਪੜ ਰਹੀ ਹੈ, ਤੋ ਐਸੇ ਮੇਂ ਆਪਣੀ ਪਤਨੀ ਸੇ ਲਗਾਤਾਰ ਬਾਤ ਕਰਤੇ ਰਹੇ, ਕਿਉਂਕਿ ਵਾ ਕੋਈ ਨਾ ਕੋਈ ਐਸੀ ਬਾਤ ਜ਼ਰੂਰ ਕਹਿ ਦੇਗੀ ਜਿਸ ਤੇ ਆਪਕੇ ਸਾਰੇ ਤਨ ਬਦਨ ਮਾ ਆਗ ਲਗਦੀ ਰਹੇਗੀ।